ਰਿਲੀਜ਼ ਹੋਣ ਜਾ ਰਹੀ ਹੈ। ਅਸੀਂ ਸਾਰੇ ਭਰਾਵਾਂ ਨੇ ਇੱਕ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਵੀ ਆਪਾਂ ਨੂੰ ਜੋ ਪੰਜਾਬ ਦੇ ਇਸ ਟਾਈਮ ਹਾਲਾਤ ਨੇ ਹਰ ਪਹਿਲਕਦਮੀ ਕਰਨੀ ਚਾਹੀਦੀ ਆ। ਅਸੀਂ ਸਾਰੇ ਭਰਾਵਾਂ ਨੇ ਵਿਚਾਰ ਕੀਤੀ 20% ਸਾਡੀ ਫਿਲਮ ਤੋਂ ਜੋ ਸਾਨੂੰ ਪ੍ਰੋਫਿਟ ਆਊਗਾ ਉਹਦੇ ਵਿੱਚ 20% ਅਸੀਂ ਹੜ੍ਹ ਪੀੜਿਤ ਪਰਿਵਾਰਾਂ। ਇਹ ਸਾਡਾ ਵਿਚਾਰ ਬਣਿਆ ਹੈ ਕਿ ਸਾਡੀ ਫਿਲਮ ਜਿਹੜੇ ਪਿੰਡ ਦੁਲਵਾਂ ਖੱਤਰੀ ਦੇ ਵਿੱਚ ਸ਼ੂਟ ਹੋਈ ਆ ਉਹ ਪਿੰਡ ਦਾ ਵੀ 20-25 ਸਾਲ ਪਹਿਲਾਂ ਇੱਦਾਂ ਦੇ ਹਾਲਾਤ ਸੀ ਕਿ ਉੱਥੇ ਹੜ੍ਹ ਆਉਂਦਾ ਸੀ ਅਤੇ ਪਿੰਡ ਦੇ ਵਿੱਚ ਅਸੀਂ ਰਹੇ ਹਾਂ। ਉਸ ਤੋਂ ਸਾਡੇ ਹੁਣ ਜੋ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਨੇ ਅਤੇ ਸਾਡਾ ਵੀ ਇਹ ਮਤਲਬ ਅਸੀਂ ਇਹ ਵਿਚਾਰ ਕੀਤੀ ਵੀ ਅਸੀਂ ਇਹੋ ਤਰ੍ਹਾਂ ਦਾ ਇੱਕ ਉਪਰਾਲਾ ਕਰੀਏ ਕੌਣ ਸਾਡੇ ਲੋਕ ਸਾਡਾ ਆਈਡੀਆ ਜੀ ਜੋ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲਾਤ ਹੋਏ ਨੇ ਹੜ੍ਹਾਂ ਦੇ ਨਾਲ ਘਰਾਂ ਦੇ ਘਰ ਤਬਾਹ ਹੋ ਗਏ ਨੇ 8-8 ਫਿੱਟ ਪਾਣੀ ਚੜ੍ਹ ਗਿਆ ਵਾ ਅਤੇ ਲੋਕ ਇੰਨੀ ਕੁ ਮੁਸ਼ਕਲ ਦੇ ਵਿੱਚ ਨੇ ਅਤੇ ਸਾਡੀ ਫਿਲਮ ਵੀ ਜਿਹੜੇ ਪਿੰਡ ਵਿੱਚ ਸ਼ੂਟ ਹੋਈ ਆ ਉਹ ਪਿੰਡ ਦੇ ਵਿੱਚ ਵੀ 20-25 ਸਾਲ ਪਹਿਲਾਂ ਇੱਦਾਂ ਦੇ ਹਾਲਾਤ ਸੀ ਪਾਣੀ ਆਉਂਦਾ ਸੀ ਪਿੰਡ ਦੁਲਵਾ ਖੱਤਰੀ ਆ ਅਤੇ ਪਿੰਡ ਦੇ ਲੋਕਾਂ ਦੀ ਫਸਲ ਲੋਕਾਂ ਦੇ ਘਰਾਂ ਦੇ ਵਿੱਚ ਬੁਰਾ ਹਾਲਾਤ ਹੋ ਜਾਂਦੇ ਸੀ। ਸਾਡੇ ਅਸੀਂ ਸਾਰੇ ਭਰਾਵਾਂ ਨੇ ਵਿਚਾਰ ਕੀਤੀ ਵੀ ਆਪਾਂ ਇਹ 27 ਸਤੰਬਰ ਨੂੰ ਜਿਹੜੀ ਸਾਡੀ ਫਿਲਮ ਦੂਰਬੀਨ ਰਿਲੀਜ਼ ਹੋਣ ਜਾ ਰਹੀ ਹੈ ਆਪਾਂ ਇੱਕ ਫੈਸਲਾ ਕਰੀਏ ਵੀ ਸਾਡੀ ਫਿਲਮ ਦਾ ਜੋ ਵੀ 20% ਸ਼ੇਅਰ ਆ ਕਮਾਈ ਦਾ ਅਸੀਂ ਇਹਨਾਂ ਪਰਿਵਾਰਾਂ ਦੇ ਨੂੰ ਡੋਨੇਟ ਕਰਾਂਗੇ। ਬਸ ਸਫ਼ਰ ਕਰਦੇ ਇਹਨਾਂ ਅਤੇ ਇੱਕ ਫੇਸਬੁੱਕ ਦੇ ਉੱਤੇ ਜਦੋਂ ਚੱਲਣ ਦੇ ਅੱਜ ਕੱਲ੍ਹ ਜੋ ਵੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਵੀ ਇੱਕ ਪਸ਼ੂ ਵਿਚਾਰੇ ਸੀ ਨਾ ਜਿਹੜੇ ਉੱਦਾਂ ਬੱਜੇ ਬਜਾਏ ਹੀ ਸੰਗਲ ਉਹਨਾਂ ਦੇ ਪਏ ਉਹ ਮਰੇ ਪਏ ਅਤੇ ਬੱਚੇ ਰੋਂਦੇ ਆ ਲੋਕਾਂ ਦਾ ਬੁਰਾ ਹਾਲਾਤ ਆ ਬਿਲਡਿੰਗਾਂ ਕਈਆਂ ਨੇ ਆਪਣੀਆਂ ਬੱਚੀਆਂ ਦੇ ਵਿਆਹ ਕਰਨੇ ਆ ਅੰਦਰ ਸਾਰਾ ਉਹਨਾਂ ਦਾ ਮਤਲਬ ਜਿੰਨਾ ਤੁਸੀਂ ਲਓ ਵੀ ਸਮਾਨ ਆ ਘਰ ਦਾ ਸਾਰੇ ਖਰਾਬ ਹੋਇਆ। ਮਤਲਬ ਇੱਕ ਮਨ ਦੇ ਵਿੱਚ ਪਰਮਾਤਮਾ ਨੂੰ ਇਹ ਫਰਮਾਇਆ ਵੀ ਆਪਾਂ ਨੂੰ ਇਹ ਪਹਿਲਕਦਮੀ ਕਰਨੀ ਚਾਹੀਦੀ।